ਸਾ ਪੂਰੇ ਚੀਫ ਫੈਮਿਲੀ ਵਾਸਤੇ ਹੈ ਕਿ ਮੈਂ ਸਮਝਦਾ ਕਿ ਚੈਲੰਜ ਹੈ ਔਰ ਉਹ ਬੈਂਕ ਤੇ ਜਿਹੜੇ ਬੰਗਲੇ ਕੋ ਜ਼ਿਆਦਾ ਫਰਕ ਹੈ ਨਹੀਂ ਅਦਰ ਸ਼ਹਿਰ ਦੇ ਪਏ ਹਨ ਔਰ ਪਹਿਲ ਦਫਾਏ ਤੇ ਅਗਰ ਅਜਣਵੀ ਉਸਦੇ ਭਰਾ ਮੇ ਕੋ ਸਖਤੀ ਨਾਲ ਇੰਦਾ ਅਮਲ ਨੋਟਿਸ ਨਾ ਕੀਦਾ ਤੇ ਇਹ ਇਥੋਂ ਦਾ ਬੰਦਾ ਕੋਈ ਮਹਿਫੂਜ਼ ਕੇ ਨਹੀਂ ਮੈਂ ਕੋਲ ਗੈਰ ਬੈਠੂ ਨਹੀਂ ਸਹੀ ਮਿਹਰਬਾਨੀ ਹੈ ਮੈਂ ਹੈ ਕਿ ਹਕੀਕਤ ਖਿਲਾਫ ਆ ਇੱਕ ਸਿਆਸਤ ਨੇ ਹਟ ਤੇ ਮੈਂ ਗੱਲ ਕਰਦਾ ਪਿਆ ਇਹ ਸ਼ਹਿਰ ਹੈ ਰੁਝਾਨ ਦੀ ਪਛਾਣ ਹੈ ਮੈਂ ਮੈਸੇਜ ਵਰ ਚਾਹੁੰਦਾ ਉਹ ਨੂੰ ਕਿ ਮਿਹਰਬਾਨੀ ਕਰਤੇ ਇੱਕ ਈਜ਼ੀ ਨਾ ਕਿਦਾ ਵਣੇ ਪਹਿਲੇ ਉਹ ਮੇਰੀ ਗਲਤੀ ਕੀਤੀ ਹੈ ਕਿ ਬੰਗਲਾਦੇਸ਼ ਦੇ ਥਾਣੇ ਜੇ ਰਹੇ ਹਨ ਉਹ ਕੋਈ ਸਾਈਡ ਤੇ ਕਿਹਨੇ ਹਨ ਉਹ ਨਹੀਂ ਆਣੇ ਚਾਹੀਦੇ ਹਨ ਕਿਉਂਕਿ ਪੁਲਿਸ ਦੇ ਉੱਤੇ ਜ਼ਿਆਦਾ ਵਜ਼ਨ ਲਾਵਿੰਦਾ ਪੁਲਿਸ ਕੰਟਰੋਲ ਨਹੀਂ ਕਰ ਸਕਦੀ ਉਹ ਏਰੀਆ ਦੁਬਾਰਾ ਹੋ ਜ਼ਿਲ੍ਹਾ ਰਹਿਮਰ ਖਾਨ ਬਣਾਉਣਾ ਚਾਹੀਦਾ ਹੈ ਔਰ ਇਹਦਾ ਪੂਰਾ ਸਦਬਾਬ ਕਰਨਾ ਚਾਹੀਦਾ ਹੈ ਇਹਦੇ ਪ੍ਰੋਪਰੇਸ਼ਨ ਕਰਨੀ ਚਾਹੀਦੀ ਇਹਦੇ ਵਿੱਚ ਸਾਰੇ ਕੌਮ ਨੂੰ ਨਾਲ ਥੀ ਤੇ ਅਸੀਂ ਉਹਨਾਂ ਨਾਲ ਚਾਹੀਦਾ ਔਰ ਅਸੇ ਕੋ ਆਪ ਹੀ ਨਾਲ ਥੀ ਅਗਰ ਮੰਦਿਰ ਚ ਆ ਸਕਦੇ ਨ ਉਥਾ ਲੋਕ ਤਾਂ ਕਰਦੇ ਅਗਰ ਅਸਾਂ ਪੈਸੇ ਨੂੰ ਭੇੜ ਸਕਦੂ ਤੇ ਇਥਾਂ ਹੀ ਅਸਾਂ ਹਰ ਹਾਲ ਚ ਅਸਾਂ ਆਪਣੀ ਕੌਮ ਦੇ ਨਾਲੋਂ ਅਸਾਂ ਆਪਣੇ ਇਲਾਕੇ ਦੇ ਲੋਕਾਂ ਦੇ ਨਾਲੋਂ ਅਸਾਂ ਹਰ ਵਕਤ ਜੀ ਟਾਈਮ ਦੇ ਜ਼ਰੂਰਤੋਂ ਸੇ ਅਸਾਂ ਇਕੱਠੇ ਹੋ ਲੇਕਿਨ ਇਹ ਕੋਈ ਈਜ਼ੀ ਨਹੀਂ ਗਿਣਨਾ ਚਾਹੀਦਾ ਇੱਕ ਬਹੁਤ ਵੱਡਾ ਚੈਲੰਜ ਕਰਦੇ ਗਿਨ ਖਾਸ ਤੌਰ ਚੀਫ ਫੈਮਿਲੀ ਕੋ ਬਿਲਕੁਲ ਜੀ ਔਰ ਇਹ ਅਸਲੇ ਘਰ ਚ ਪਹਿਨ ਇਹ ਕਿ ਵੀ ਅਗਵਾ ਨਹੀਂ ਸੀ ਸਕਦੀ ਬਾਰਡਰ ਲੈਣੀ ਸੀ ਜੇ ਕਲਾਸ ਬਣਾ ਕੇ